ਹਾਂਜੀ, ਗੁੱਡ ਮਾਰਨਿੰਗ। ਕੀ ਹਾਲ ਚਾਲ ਹੈ? ਹੋਰ ਠੀਕ ਹੋ ਸਾਰੇ? ਇੱਧਰ ਮੈਡਮ ਕੱਟੀ ਜਾਂਦੀ ਹੈ ਨੌ ਗੁੱਡ ਮਾਰਨਿੰਗ 'ਚ। ਹਾਂਜੀ, ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ। ਚਲੀਏ ਪਿੰਡ ਨੂੰ ਫਿਰ ਅੱਜ। ਚਲੋ ਚਲੋ ਫਿਰ ਚਲੀਏ, ਐਂ ਚਲੀਏ। ਐਂ ਕਿਉਂ ਜਾਣਾ, ਤਿਆਰ ਹੋ ਗਿਆ। ਅੱਛਾ ਠੀਕ ਹੈ ਜੀ। ਤਾਪ ਉੱਠ ਖੜਿਆ ਕਿ ਨਹੀਂ? ਨਹੀਂ, ਸੁੱਤਾ ਪਿਆ ਨੀ, ਏਸੀ ਛੱਡੀ। ਏਸੀ ਛੱਡੀ? ਆ ਹਵਾ ਦਿਖਾਉਣੀ ਆਫਤਾਬ ਨੂੰ ਬਾਹਰ ਆਊਗਾ, ਉੱਠਣ ਵਾਲਾ ਬਸ। ਅੱਛਾ ਠੀਕ ਹੈ। ਤੇ ਆਪਾਂ ਬਈ ਲੱਗਦੇ ਹੁਣ ਘਰ ਧੋਣ। ਸਾਗ ਤੋੜਨਾ ਨਾਲੇ। ਹੈ ਸਾਗ ਤੋੜਨਾ? ਪਹਿਲਾਂ ਸਾਗ ਆ ਕਿਹੜੇ ਰੁੱਤ ਦਾ ਸਾਗ ਆ? ਹੈਗਾ ਉੱਥੇ ਇੱਕ ਸਾਗ ਲੱਗਿਆ ਹੋਇਆ। ਸਾਗ ਨਹੀਂ ਹੋਣਾ, ਚਲਾਈ ਹੋਊਗੀ। ਨਹੀਂ, ਉਹ ਜਿਹੜਾ ਪੱਤਿਆਂ ਜਾਲਾ ਨਹੀਂ ਹੁੰਦਾ, ਚਲਾਈ ਹੋਊਗੀ, ਸਾਗ ਨਹੀਂ ਹੋਣਾ। ਪਤਾ ਨਹੀਂ ਕੀ ਹੈ ਰਿਹਾ, ਤੋੜਨਾ ਬਸ, ਸਾਗ ਬਣਾਵਾਂਗੇ। ਠੀਕ ਹੈ। ਅਤੇ ਬਈ ਮਨਿੰਦਰ ਮਿਸ ਯੂ, ਤੇਰੇ ਬਿਨਾ ਕਾਰ ਨਹੀਂ ਧੋਤੀ ਕਿਸੇ ਨੇ, ਅਤੇ ਹੁਣ ਕਾਰ ਧੋਣੀ ਪੈਣੀ ਆਪ ਨੂੰ। ਅਤੇ ਦੂਜਾ ਸਾਲਾ, ਛੋਟਾ ਸਾਲਾ ਹੈ ਨਹੀਂ। ਅਤੇ ਚਲੋ, ਉਹ ਡੈਡੀ ਵੀ ਆ ਗਏ ਦੁੱਧ ਪਾ ਕੇ, ਸਿੱਧੇ ਹੀ ਲੰਘ ਗਏ, ਸਿੱਧੇ ਲੰਘ ਗਏ। ਚਲੋ ਠੀਕ, ਚਲੋ ਬਈ ਬਾਏ, ਮਿਲਦੇ ਆਪਾਂ। ਅਫਤਾਬ ਸਿੰਘ ਉੱਠ ਖੜੇ ਹੈ। ਅਫਤਾਬ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ, ਆਇਓ ਇੱਧਰ। ਘਰ ਧੋਈ ਜਾਂਦੀ ਹੈ। ਤੁਸੀਂ ਮਨਿੰਦਰ ਨੂੰ ਸਿਰਫ ਕਾਰ ਧੋਣ ਲਈ ਵਿਅਸ ਕਰ ਰਹੇ ਹੋ? ਆਇਓ ਅਫਤਾਬ, ਆ ਜਾਓ ਬੇਟਾ। ਕਿਵੇਂ ਖੜਾ? ਤਾਂ ਪਾਈਪ ਲੀਕ ਹੋਈ ਪਈ, ਉਹਨੂੰ ਦੇਖੀ ਜਾਂਦਾ ਖੜਾ। ਹਾਂਜੀ, ਆਪਾਂ ਚੱਲ ਪਏ ਸੀਗੇ ਉੱਥੋਂ, ਚੱਲ ਕੇ ਆਪਾਂ ਹੁਣ ਪਿੰਡੇ ਵੀ ਪਹੁੰਚਣ ਵਾਲੇ ਹਾਂ। ਅਤੇ ਆਪਾਂ ਪਹੁੰਚ ਗਏ ਇਸ ਟਾਈਮ ਗਿੱਲ ਪੱਤੀ, ਅਤੇ ਗਿੱਲ ਪੱਤੀ ਆ ਗਏ। ਬਸ ਵੱਧ ਤੋਂ ਵੱਧ 20 ਮਿੰਟਾਂ 'ਚ ਆਪਾਂ ਘਰ ਜਾ ਵੜਾਂਗੇ। ਅਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਕੀ ਕਰਦੇ ਹਾਂ ਸਾਰਾ ਦਿਨ ਅੱਜ। ਸਪੈਸ਼ਲ ਜਿਹਾ ਕੁਛ ਜੇ ਹੋਇਆ ਤਾਂ ਤੁਹਾਨੂੰ ਦਿਖਾਵਾਂਗੇ। ਅਤੇ ਬਾਕੀ ਅੱਜ ਬਈ ਅਫਤਾਬ ਦੀ ਭੂਆ ਨੇ ਆਉਣਾ, ਅਤੇ ਅਫਤਾਬ ਦੀ ਦੀਦੀ ਨੇ ਆਉਣਾ, ਮਤਲਬ ਕਿ ਜੱਸੂ ਜੀ ਨੇ ਅਤੇ ਅਸੀਸ ਨੇ ਆਉਣਾ ਅੱਜ। ਅਤੇ ਬਸ ਉਹ ਵੀ ਮੇਰੇ ਖਿਆਲ ਚੱਲ ਪੈਣਗੇ ਨਾ। ਹਾਂ ਬਸ ਉਹ ਵੀ ਚੱਲਣ ਵਾਲੇ ਹੋਣਗੇ। ਅਤੇ ਇੱਧਰ ਸ਼ੇਰ ਜੀ ਸੁੱਤੇ ਪਏ ਨੇ, ਇਹ ਤਾਂ ਬਸ ਨਾਨਕਿਓਂ ਨਿਕਲਿਆ ਬਸ ਘਰੋਂ ਪਈ ਤੋਂ, ਬਸ ਉੱਥੇ ਹੀ ਸੌਂ ਗਿਆ ਇਹ। ਅਤੇ ਬਸ ਆਪਾਂ ਪਹੁੰਚ ਗਏ ਦਰਸ਼ਨਗਰ, ਇੱਥੋਂ ਗੱਲਾਂ ਕਰਦੇ ਕਰਦੇ ਦਰਸ਼ਨਗਰ ਵੀ ਆ ਗਏ ਆਪਾਂ। ਅਤੇ ਬਸ ਚੱਲਦੇ ਹਾਂ, ਮਿਲਦੇ ਹਾਂ, ਅਤੇ ਚਾਹ ਪੀਏ ਯਾਰ, ਚਾਹ ਦੀ ਕਰੇਵਿੰਗ ਹੋਈ ਜਾਂਦੀ ਹੈ। ਤੈਨੂੰ ਹੁੰਦੀ ਹੈ ਚਾਹ ਦੀ ਕਰੇਵਿੰਗ? ਯਾਰ
ਦੱਸਿਓ ਯਾਰ ਕਮੈਂਟ 'ਚ ਕਿਹਨੂੰ ਕਿਹਨੂੰ ਚਾਹ ਦੀ ਕਰੇਵਿੰਗ ਹੁੰਦੀ ਆ। ਸਾਨੂੰ ਦੋਨਾਂ ਜਾਣਿਆਂ ਤਾਂ ਬਹੁਤ ਨਹੀਂ, ਸਾਡੇ ਦੋਨਾਂ ਕਿਉਂ, ਮੰਮੀ ਨੂੰ ਵੀ, ਡੈਡੀ ਨੂੰ ਵੀ, ਸਾਡੇ ਸਾਰਿਆਂ ਨੂੰ ਹੁੰਦੀ ਆ। ਹਾਂ ਤੇ ਬਾਕੀ ਨਹੀਂ, ਬਹੁਤ ਜਾਣੇ ਹੁੰਦੇ ਜਿਹਨਾਂ ਨੂੰ ਬਹੁਤ ਘੱਟ ਹੁੰਦੀ ਆ। ਮੈਨੂੰ ਦਿਨ 'ਚ ਇੱਕ ਵਾਰੀ ਹੁੰਦੀ ਆ ਬਸ। ਹਾਂ ਇੱਕ ਵਾਰੀ ਹੁੰਦੀ ਆ, ਇਸ ਟਾਈਮ ਹੁੰਦੀ ਆ ਮੈਨੂੰ ਤਾਂ, ਮੋਰਨਿੰਗ ਨਹੀਂ ਹੁੰਦੀ ਇੰਨੀ ਜਿੰਨੀ ਇਸ ਟਾਈਮ ਹੁੰਦੀ ਆ। ਅਤੇ ਬਾਕੀ ਝੰਡਾ ਲੱਗਿਆ ਹੋਇਆ, ਹਰਸ ਅੰਮ੍ਰਿਤ ਕੌਰ ਜਿਤਾ ਦੀ ਆਪਾਂ, ਫਿਰ ਲੱਗ ਗਿਆ। ਤੂੰ ਜਦ ਉਮੀਦਵਾਰ ਕਿਆ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ? ਠੀਕ ਆ, ਨਹੀਂ ਆਪਾਂ ਤਾਂ ਹੈਗੇ ਹਾਂ ਵੀ ਹੁਮ ਹੁਮਾ ਕੇ ਠੋਕਰੇ ਸ਼੍ਰੋਮਣੀ ਅਕਾਲੀ ਦਲ 'ਚ ਪਹਿਲੇ ਦਿਨੋਂ। ਚਲੋ ਬਈ ਚੱਲਦੇ ਹਾਂ ਘਰੇ, ਆਪਾਂ ਮਿਲਦੇ ਹਾਂ ਫਿਰ ਤੁਹਾਨੂੰ। ਹਫ਼ਤਾ ਦੇਖੋ ਵੀ ਵਿੱਚ ਦੀ ਬਣਾਉਣਾ ਖਾ ਕੇ ਕਹਿੰਦਾ, ਫਿਰ ਉੱਧਰ ਚੌਗੋ ਦਾਦੀ ਕੋਲ। ਹਾਂ ਆਹ ਖਾ ਲਓ, ਖਾ ਲਓ ਇਹਨੂੰ। ਜਾਇਆ ਹੁਣ ਇੱਧਰ, ਹੁਣ ਫਿਰ ਇੱਧਰ ਆਊਗਾ। ਆ ਖਾ ਲਓ ਹੁਣ, ਆ ਵੀ ਤੁਹਾਡਾ ਬਣਾਉਣਾ ਪਿਆ। ਆਇਓ ਆਇਓ, ਆ ਵੀ ਪਲੇਟ ਵਿੱਚੋਂ ਖਾ ਕੇ ਜਾਓ। ਚੱਲ ਖਾ ਲਓ, ਆ ਖਾ ਲਓ, ਚੁੱਕ ਲਓ ਇਹਨੂੰ। ਬਸ ਫਿਨਿਸ਼, ਆਪਾਂ ਆਏ ਹਾਂ ਗੁਰਦੁਆਰਾ ਕਿਲ੍ਹਾ ਸਾਹਿਬ। ਅੱਜ ਸੈਚਰਡੇ ਆ, ਸੈਚਰਡੇ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਵਾ। ਇੱਧਰ ਅਫਤਾਬ ਅਫਤਾਬ ਪਾਪਾ ਤੁਰੇ ਆ ਰਹੇ ਆ ਹੁਣ। ਗੋਦੀ ਚੱਕ ਲਿਆ, ਠੀਕ ਹੈ, ਆਪਾਂ ਪਹੁੰਚ ਗਏ ਉੱਥੇ। ਅੰਦਰ ਹਨੇਰਾ ਸੀ ਨਾ, ਉਦੋਂ ਤਾਂ ਚਲਾਈ ਸੀ। ਆਪਦੇ ਛੋਟੇ ਛੋਟੇ ਬੱਚੇ ਗੱਤਕਾ ਖੇਡ ਰਹੇ ਆ। ਅਫਤਾਬ ਦੇਖੂਗਾ ਹੁਣ ਕੀ ਕਰਦੇ ਆ। ਹਾਂ ਅਫਤਾਬ ਕੀ ਕਰੀ ਜਾਂਦੇ ਆ? ਛੋਟੇ ਛੋਟੇ ਜੇ ਆ, ਆ ਦੇਖੋ। ਲੱਗਦੀ ਆ ਛੋਟੇ ਛੋਟੇ ਜੇ ਬੱਚੇ ਬਿਲਕੁਲ। ਅੱਜ ਬਹੁਤ ਰਸ਼ ਆ ਹੈ ਨਾ, ਚਲੀਏ।
ਚਲੋ ਅਫਤਾਬ ਹੱਸਦਾ ਕੀ ਕਰਦੇ ਹਾਂ ਆਪਾਂ ਬਣਾ ਰਹੇ ਹਾਂਗੇ ਮੱਠੀਆਂ ਮੱਠੀਆਂ ਤੇ ਮਿੱਠੀਆਂ ਰੋਟੀਆਂ ਇਹ ਅਸੀਂ ਕਿਉਂ ਬਣਾ ਰਹੇ ਹਾਂ ਮੰਮੀ ਕਦੋਂ ਬਣਾ ਰਹੇ ਹਾਂ ਆਪਾਂ ਹਾਂ ਪਹਿਲਾਂ ਅੱਜ ਆਉਣਾ ਸੀਗਾ ਵੀ ਦੀਦੀ ਦੀ ਅੱਜ ਆਏ ਨਹੀਂ ਗੇ ਮਾੜਾ ਕੰਮ ਪੈ ਗਿਆ ਉਹਨਾਂ ਨੂੰ ਕੱਲ੍ਹ ਨੂੰ ਆਉਣਗੇ ਅਤੇ ਆਹ ਸਾਡੇ ਨਾ ਗੁੜ ਪਗਰੀ ਆਉਂਦਾ ਸੀਗਾ ਅਤੇ ਅਸੀਂ ਆ ਕੇ ਚੱਲ ਆਹ ਬਣਾ ਕੇ ਰੱਖ ਦਿੰਦੇ ਹਾਂਗੇ ਮਿੱਠੀਆਂ ਰੋਟੀਆਂ ਅਤੇ ਮੱਠੀਆਂ ਇੱਕ ਚੀਜ਼ ਸੱਚ ਮੈਂ ਤੁਹਾਨੂੰ ਹੋਰ ਦਿਖਾਉਂਦੀ ਹਾਂ ਅਸੀਂ ਅੱਜ ਡਿਨਰ 'ਚ ਕੀ ਬਣਾਇਆ ਮੈਂ ਲਾਉਣ ਲੱਗੀ ਹਾਂਗੀ ਤੜਕਾ ਅਸੀਂ ਬਣਾਇਆ ਅੱਜ ਸਾਗ ਜੀ ਆਪਾਂ ਕਰਦੇ ਹਾਂਗੇ ਵਲੌਗ ਦਾ ਐਂਡ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਜੀ